ਦੀ ਅਹਿਮ ਖਬਰ, ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਆ ਰਹੀ ਹੈ। ਜਲਦ ਹੀ ਪੰਜਾਬ 'ਚ ਪੰਚਾਇਤੀ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ। ਪੰਚਾਇਤਾਂ ਭੰਗ ਕਰਨ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ ਵਿਭਾਗ ਦੇ ਵੱਲੋਂ। ਨੋਟੀਫਿਕੇਸ਼ਨ ਜਾਰੀ ਹੋਇਆ, ਨੋਟੀਫਿਕੇਸ਼ਨ ਦੇ ਮੁਤਾਬਕ ਕੀ ਕੁਝ ਕਿਹਾ ਉਸ ਦੀ ਪੂਰੀ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਫੋਨ ਲਾਈਨ 'ਤੇ ਨੀਲ ਪਲਿੰਦਰ ਜੁੜੇ ਹੋਏ ਨੇ। ਨੀਲ ਜੀ, ਨੋਟੀਫਿਕੇਸ਼ਨ ਦੇ ਮੁਤਾਬਕ ਕੀ ਕੁਝ ਜਾਣਕਾਰੀ ਹੈ ਉਹ ਦੱਸ ਦਿਓ। ਦੇਖੋ ਜੀ, ਪੰਜਾਬ ਦੇ ਪੰਚਾਇਤ ਵਿਭਾਗ ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਜਿਨ੍ਹਾਂ ਨੂੰ ਆਪਾਂ DDPO ਕਹਿੰਦੇ ਹਾਂ, ਉਹਨਾਂ ਨੂੰ ਅੱਜ 15 ਜਨਵਰੀ ਨੂੰ ਹੀ ਬਕਾਇਦਾ ਇੱਕ ਪੱਤਰ ਜਾਰੀ ਕਰ ਦਿੱਤਾ ਹੈ, ਜਿਸ 'ਚ ਉਹਨਾਂ ਨੂੰ ਸਪਸ਼ਟ ਹਦਾਇਤ ਕਰ ਦਿੱਤੀ ਹੈ ਕਿ ਪੰਚਾਇਤੀ ਰਾਜ ਐਕਟ 1994 ਦੀ ਧਾਰਾ 29A ਦੇ ਤਹਿਤ ਪੰਚਾਇਤਾਂ ਭੰਗ ਕੀਤੀਆਂ ਜਾ ਰਹੀਆਂ ਨੇ। ਇਹ ਅਮਲ ਸ਼ੁਰੂ ਹੋ ਗਿਆ ਹੈ ਕਿਉਂਕਿ ਸਾਲ 2019 ਦੇ ਜਨਵਰੀ ਮਹੀਨੇ 'ਚ ਹੀ ਪੰਜਾਬ 'ਚ ਪੰਚਾਇਤ ਚੋਣਾਂ ਹੋਈਆਂ ਸਨ। 13,268 ਗ੍ਰਾਮ ਪੰਚਾਇਤਾਂ ਪੰਜਾਬ 'ਚ ਨੇ ਜਿਹੜੀਆਂ ਰਜਿਸਟਰਡ ਨੇ, ਤਾਂ ਉਹਨਾਂ ਦੀ ਜਿਹੜੀ ਮਿਆਦ ਹੈ ਉਹ ਜਨਵਰੀ 'ਚ ਪੂਰੀ ਹੋ ਗਈ ਹੈ ਤੇ ਇਸ ਲਈ ਹੁਣ ਪੰਚਾਇਤ ਚੋਣਾਂ ਕਰਾਉਣੀਆਂ ਜ਼ਰੂਰੀ ਨੇ। ਤੇ ਜਿਸ ਵਾਸਤੇ ਇੱਕ ਜਿਹੜਾ ਤੈਅ ਅਮਲ ਹੈ ਕਿ ਪੰਚਾਇਤਾਂ ਜਿਹੜੀਆਂ ਪਹਿਲਾਂ ਬੋਡੀਜ਼ ਬਣੀਆਂ ਹੋਈਆਂ ਨੇ, ਸਰਪੰਚ ਨੇ, ਪੰਚ ਨੇ, ਉਹ ਪੰਚਾਇਤਾਂ ਭੰਗ ਹੋ ਜਾਣਗੀਆਂ, ਉਹਨਾਂ ਦਾ ਜਿਹੜਾ ਚਾਰਜ ਹੈ ਉਹਦੇ ਵਾਸਤੇ ਜਿਹੜੇ ਵਿਭਾਗ ਦੇ ਅਧਿਕਾਰੀ ਨੇ ਵੱਖ ਵੱਖ ਰੈਂਕ ਦੇ, ਇਹਦੇ 'ਚ AE ਨੇ, JE ਨੇ, BDO ਨੇ, DDPO ਨੇ, ਪੰਚਾਇਤ ਅਫਸਰ ਨੇ, ਇਹਨਾਂ ਨੂੰ ਜਿਹੜਾ ਇੰਚਾਰਜ ਲਗਾ ਦਿੱਤਾ ਜਾਏਗਾ। ਪੰਚਾਇਤਾਂ ਦੇ ਇਸ ਵਕਤ ਗ੍ਰਾਂਟਾਂ ਜੋ ਮਿਲੀਆਂ ਨੇ ਜਾਂ ਕੰਮਕਾਰ ਜੋ ਚੱਲ ਰਹੇ ਨੇ ਤਾਂ ਕਿ ਉਹ ਸੁਚਾਰੂ ਤਰੀਕੇ ਨਾਲ ਜਿਹੜਾ ਹੈ ਚੱਲਦੇ ਰਹਿਣ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਵੀ, ਇਸ ਲਈ ਇਹ ਇੰਚਾਰਜ ਬਣ ਜਾਣਗੇ ਤੇ ਸਾਰੇ ਜਿਹੜੇ DDPOs ਨੇ, ਡਿਸਟ੍ਰਿਕਟ ਡਿਵੈਲਪਮੈਂਟ ਐਂਡ ਪੰਚਾਇਤ ਆਫਿਸਰਸ ਨੇ, ਉਹਨਾਂ ਨੂੰ ਕੱਲ੍ਹ ਯਾਨੀ ਕਿ 16 ਜਨਵਰੀ ਤੱਕ ਸਾਰਾ ਰਿਕਾਰਡ ਆਪਣੇ ਆਪਣੇ ਅਧਿਕਾਰ ਖੇਤਰ ਆਉਂਦੀਆਂ ਜਿਹੜੀਆਂ ਗ੍ਰਾਮ ਪੰਚਾਇਤਾਂ ਨੇ ਉਹਨਾਂ ਦਾ ਇਹ ਸਾਰਾ ਰਿਕਾਰਡ, ਜਿਸ 'ਚ ਕੰਮਾਂ ਦਾ ਵੇਰਵਾ, ਗ੍ਰਾਂਟਾਂ ਦਾ ਵੇਰਵਾ, ਕੰਮ ਕਿੱਥੇ ਤੱਕ ਪਹੁੰਚੇ ਨੇ, ਕਿੰਨੇ ਕੁ ਅਧੂਰੇ ਰਹਿੰਦੇ ਨੇ, ਕੀ ਸਥਿਤੀ ਹੈ, ਕਿੰਨਾ ਫੰਡ ਜਾਰੀ ਹੋ ਚੁੱਕਾ ਹੈ, ਕਿੰਨਾ ਫੰਡ ਜਿਹੜਾ ਪੰਚਾਇਤਾਂ ਦੇ ਕੋਲ ਪਿਆ ਹੈ ਜਿਹੜਾ ਉਹਨੂੰ ਵਰਤਣਾ ਹੈ, ਜਾਂ ਕਿਹਦੀਆਂ ਕਿਹਦੀਆਂ ਅਦਾਇਗੀਆਂ ਕਰਨੀਆਂ ਨੇ, ਹੋਰ ਜੋ ਵੀ ਪੰਚਾਇਤਾਂ ਦੇ ਕੰਮਕਾਰ ਨੇ ਜੋ ਇਸ ਵਕਤ ਤਾਜ਼ਾ ਹਾਲਾਤ ਨੇ, ਉਹ ਸਾਰੇ ਜਿਹੜੇ ਨੇ DDPOs ਨੂੰ ਆਪਣੇ ਕੋਲ ਮੰਗਾਉਣ ਤੇ ਇਹ ਸਾਰਾ ਕੁਝ ਜਿਹੜਾ ਹੈ ਵਿਭਾਗ ਨੂੰ ਦੇ ਦੇਣ ਦੀ ਹਦਾਇਤ ਕਰ ਦਿੱਤੀ ਹੈ ਕੱਲ 16 ਜਨਵਰੀ ਤੱਕ, ਕਿਉਂਕਿ ਉਸ ਤੋਂ ਬਾਅਦ ਕਿਸੇ ਵੇਲੇ ਵੀ ਪੰਚਾਇਤਾਂ ਸਾਰੀਆਂ ਭੰਗ ਹੋ ਜਾਣਗੀਆਂ ਤੇ ਫਰਵਰੀ ਦੇ ਮੱਧ 'ਚ ਜਾਂ ਮਾਰਚ ਦੇ ਪਹਿਲੇ ਹਫ਼ਤੇ ਜਿਹੜੀਆਂ ਨੇ ਪੰਚਾਇਤਾਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ, ਕਰਾਉਣੀਆਂ ਜ਼ਰੂਰੀ ਨੇ ਕਿਉਂਕਿ ਮਿਆਦ ਖਤਮ ਹੋ ਚੁੱਕੀ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਪਿਛਲੇ ਅਗਸਤ ਮਹੀਨੇ ਇੱਕ ਵਾਰੀ ਨੋਟੀਫਿਕੇਸ਼ਨ ਜਾਰੀ ਕਰਕੇ ਪੰਚਾਇਤਾਂ ਭੰਗ ਕਰ ਦਿੱਤੀਆਂ ਸਨ 6 ਮਹੀਨੇ ਪਹਿਲਾਂ ਹੀ। ਬਿਲਕੁਲ ਬਿਲਕੁਲ, ਮਾਮਲਾ ਹਾਈਕੋਰਟ 'ਚ ਚਲਾ ਗਿਆ, ਪੰਚਾਇਤ ਯੂਨੀਅਨਾਂ, ਸਰਪੰਚ ਯੂਨੀਅਨਸ ਹਾਈਕੋਰਟ 'ਚ ਗਈਆਂ ਤਾਂ ਹਾਈਕੋਰਟ ਨੇ ਬੜੀ ਚਰਚਾ ਮੂਵੀ ਕੀਤੀ ਸੀ ਸਰਕਾਰ ਦੀ, ਖਾਸ ਕਰ ਵਿਭਾਗ ਦੀ। ਇੱਕ ਦੋ ਜਿਹੜਾ ਵਿਭਾਗੀ ਅਧਿਕਾਰੀ ਹੈ, ਉੱਚ ਅਧਿਕਾਰੀ ਹੈ, ਉਸ ਦੀ ਬਲੀ ਵੀ ਲੈ ਲਈ ਗਈ, ਉਸ ਨੂੰ ਮੁਅੱਤਲ ਕਰ ਦਿੱਤਾ ਗਿਆ, ਕਾਰਵਾਈ ਕੀਤੀ ਗਈ। ਬਿਲਕੁਲ, ਇਹ ਉਸ ਵੇਲੇ ਜਿਹੜੀ ਪ੍ਰਕਿਰਿਆ ਸੀ ਉਹ ਵੀ ਕਾਫੀ ਕਹਿ ਲਓ ਕਿ ਇਸ ਤੋਂ ਬਾਅਦ ਕਾਫੀ ਜਿਹੜਾ ਉਹ ਵਿਵਾਦ ਵੀ ਰਿਹਾ ਇਸ ਤੇ, ਇਸ ਨੂੰ ਲੈ ਕੇ ਕਾਫੀ ਲੰਬੀ ਪ੍ਰਕਿਰਿਆ ਰਹੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੁਣ ਹੈ ਉਹ ਨਵਾਂ ਨੋਟੀਫਿਕੇਸ਼ਨ ਜਿਹੜਾ ਇਸ ਨੂੰ ਲੈ ਕੇ ਹੈ ਨਾ ਜਾਰੀ ਹੋ ਚੁੱਕਿਆ। ਜਾਰੀ ਹੋ ਗਿਆ ਜੀ, ਹਾਲਾਂਕਿ ਪਿਛਲੇ ਹਫ਼ਤੇ ਹੀ ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਕੁੱਝ ਪੰਚਾਇਤਾਂ ਇਹ ਕਹਿ ਕੇ ਗਈਆਂ ਸਨ ਕਿ ਜਿਨ੍ਹਾਂ ਦਿਨਾਂ ਦੌਰਾਨ ਅਗਸਤ ਵਿੱਚ ਨੋਟੀਫਿਕੇਸ਼ਨ ਜਾਰੀ ਕਰਕੇ ਪੰਚਾਇਤਾਂ ਭੰਗ ਕੀਤੀਆਂ ਗਈਆਂ ਸਨ, ਜਦੋਂ ਤੱਕ ਹਾਈਕੋਰਟ ਨੇ ਰਿਸਟੋਰ ਨਹੀਂ ਕਰ ਦਿੱਤਾ ਉਹਨਾਂ ਪੰਚਾਇਤਾਂ ਨੂੰ, ਉਹ ਜੋ ਕੁੱਝ ਮਹੀਨੇ ਜਾਂ ਕੁੱਝ ਹਫ਼ਤੇ ਜਾਂ ਕੁੱਝ ਦਿਨ ਸਨ ਉਹ ਜਿਹੜਾ ਹੈ ਉਹਨਾਂ
ਸਮਾਂ ਤੋਂ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਗਿਆ, ਇਸ ਕਰਕੇ ਪੰਚਾਇਤਾਂ ਨੂੰ ਉਨਾ ਸਮਾਂ ਹੋਰ ਦਿੱਤਾ ਜਾਏ। ਹਾਈਕੋਰਟ ਨੇ 4 ਹਫ਼ਤਿਆਂ ਦੇ ਵਿੱਚ ਉਸ ਮਾਮਲੇ 'ਚ ਸਟੇਟਸ ਰਿਪੋਰਟ ਮੰਗੀ ਹੋਈ ਹੈ। ਵੱਖਰੇ ਤੌਰ ਤੇ ਕੇਸ ਚੱਲ ਰਿਹਾ, ਉਹਦਾ ਫੈਸਲਾ ਆਉਣਾ ਬਾਕੀ ਹੈ ਕਿ ਹਾਈਕੋਰਟ ਅਗਰ ਰਾਹਤ ਦਿੰਦੀ ਹੈ ਤਾਂ ਇਹ ਪ੍ਰਕਿਰਿਆ ਹੋਰ ਲਮਕ ਸਕਦੀ ਹੈ। ਪਰ ਕਿਉਂਕਿ ਦੇਸ਼ ਦੀਆਂ ਆਮ ਚੋਣਾਂ ਜਿਹੜੀਆਂ ਨੇ ਅਪ੍ਰੈਲ ਮਈ ਦੇ ਵਿੱਚ ਜਿਹੜੀਆਂ ਨੇ ਤੈਅ ਨੇ, ਚੋਣ ਜਾਬਤਾ ਜਿਹੜਾ ਫਰਵਰੀ 'ਚ ਕਿਸੇ ਵੇਲੇ ਲੱਗ ਸਕਦਾ ਹੈ। ਸੋ ਕਿਉਂਕਿ ਸਾਰਾ ਅਮਲਾ ਉਹ ਸਾਰਾ ਜਿਹੜਾ ਅਮਲਾ ਚੋਣਾਂ 'ਚ ਵਰਤਿਆ ਜਾਣਾ ਵਿੱਚ ਆਮ ਚੋਣਾਂ ਦੇ ਵਿੱਚ ਲਗਭਗ ਉਹੀ ਅਮਲਾ ਹੁੰਦਾ ਜਿਹੜਾ ਦੂਜੀਆਂ ਚੋਣਾਂ 'ਚ ਵੀ ਵਰਤਿਆ ਜਾਂਦਾ। ਸੋ ਇਹ ਹਰ ਹਾਲਤ ਜਿਹੜਾ ਹੈ ਕਰਾਉਣੀਆਂ ਬਹੁਤ ਜ਼ਰੂਰੀ ਹੋ ਗਈਆਂ ਨੇ, ਕਿਉਂਕਿ ਇਸ ਤੋਂ ਅੱਗੇ ਪੰਚਾਇਤ ਚੋਣਾਂ ਨੂੰ ਲਮਕਾਇਆ ਨਹੀਂ ਜਾ ਸਕਦਾ। ਸੋ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਇੱਕ ਹਾਈਕੋਰਟ ਦੇ ਜਿਹੜਾ ਤਾਜ਼ਾ ਇੰਟੈਰੀਮ ਆਰਡਰ ਹੈ ਸਟੇਟਸ ਰਿਪੋਰਟ ਮੰਗਣ ਦਾ, ਕਿ ਜਿਹਨਾਂ ਦਿਨਾਂ ਦੌਰਾਨ ਪੰਚਾਇਤਾਂ ਭੰਗ ਰਹੀਆਂ ਉਹਨਾਂ ਦਿਨਾਂ ਦੀ ਕੋਈ ਰਾਹਤ ਮਿਲਦੀ ਹੈ ਸਰਪੰਚਾਂ ਨੂੰ ਪੰਚਾਂ ਨੂੰ ਜਾਂ ਨਹੀਂ। ਇਹਦੇ ਨਾਲ ਨਾਲ ਪਰ ਇਹ ਸਪਸ਼ਟ ਹੈ ਕਿ ਚੋਣਾਂ ਹੋਣ ਹੀ ਜਾ ਰਹੀਆਂ ਨੇ, ਕਿਉਂਕਿ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਵੀ ਨੇ, ਹੋਰ ਬਹੁਤ ਸਾਰੇ ਰੁਝੇਵੇਂ ਵਾਢੀ ਆ ਜਾਂਦੀ ਹੈ, ਕਿਉਂਕਿ ਪੰਚਾਇਤ ਚੋਣਾਂ ਜ਼ਮੀਨੀ ਪੱਧਰ ਤੇ ਜੁੜੀਆਂ ਹੋਈਆਂ ਨੇ। ਬਿਲਕੁਲ ਬਿਲਕੁਲ, ਉਹ ਸਾਰਾ ਖੇਤੀ ਦੇ ਆਧਾਰਿਤ ਹੈ, ਕਣਕ ਦੀ ਵਾਢੀ ਜਿਹੜੀ ਹੈ ਮਾਰਚ ਦੇ ਅੱਧ 'ਚ ਸ਼ੁਰੂ ਹੋ ਜਾਂਦੀ ਹੈ ਤੇ ਅਪ੍ਰੈਲ 'ਚ ਜਿਹੜੀ ਹੈ ਕਣਕ ਦਾਣਾ ਜਿਹੜਾ ਮੰਡੀਆਂ 'ਚ ਪਹੁੰਚਣਾ ਸ਼ੁਰੂ ਹੋ ਜਾਂਦਾ ਹੈ। ਸੋ ਉਸ ਹੋਰ ਰੁਝੇਵਿਆਂ ਨੂੰ ਦੇਖਦਿਆਂ ਹੋਇਆ ਫਰਵਰੀ ਦੇ ਮੱਧ ਤੋਂ ਲੈ ਕੇ ਮਾਰਚ ਦੇ ਮੱਧ ਤੱਕ ਪੰਚਾਇਤ ਚੋਣਾਂ ਜਿਹੜੀਆਂ ਹੋ ਜਾਣਗੀਆਂ ਤੇ ਨਵੇਂ ਪੰਚ ਸਰਪੰਚ ਜਿਹੜੇ ਆ ਜਾਣਗੇ ਬਿਲਕੁਲ ਬਿਲਕੁਲ। ਨੀਲ ਧੰਨਵਾਦ, ਧੰਨਵਾਦ ਤਮਾਮ ਜਾਣਕਾਰੀ ਦੇ ਲਈ। ਤਾਂ ਜਿਸ ਤਰੀਕੇ ਦੇ ਨਾਲ ਨੋਟੀਫਿਕੇਸ਼ਨ ਜਾਰੀ ਹੋ ਚੁੱਕੀ ਹੈ ਵਿਭਾਗ ਦੇ ਵੱਲੋਂ, ਕੱਲ੍ਹ ਤੱਕ ਜ਼ਿਲ੍ਹਾ ਪੰਚਾਇਤ ਅਫਸਰਾਂ ਤੋਂ ਪ੍ਰਬੰਧਕਾਂ ਦੀ ਸੂਚੀ ਮੰਗੀ ਗਈ ਹੈ ਔਰ ਇਸੇ ਹਫ਼ਤੇ ਦੇ ਅਖੀਰ ਤੱਕ ਪੰਚਾਇਤਾਂ ਭੰਗ ਵੀ ਕੀਤੀਆਂ ਜਾ ਸਕਦੀਆਂ, ਜੋ ਕਿਆਸ ਲਗਾਏ ਜਾ ਰਹੇ ਨੇ ਨੋਟੀਫਿਕੇਸ਼ਨ ਦੇ ਬਾਅਦ ਇਸ ਹਫ਼ਤੇ ਦੇ ਅਖੀਰ ਤੱਕ ਪੰਚਾਇਤਾਂ ਭੰਗ ਕੀਤੀਆਂ ਜਾ ਸਕਦੀਆਂ। ਅਤੇ ਇਹ ਵੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿਵੇਂ ਨੀਲ ਪਲਿੰਦਰ ਸਾਡੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਕਿ ਫਰਵਰੀ ਦੇ ਅਖੀਰ ਤੋਂ ਲੈ ਕੇ ਮਾਰਚ ਤੱਕ ਇਹ ਚੋਣਾਂ ਹੋ ਸਕਦੀਆਂ ਨੇ, ਜਿਸ ਦਾ ਐਲਾਨ ਜਲਦ ਹੋ ਸਕਦਾ ਹੈ।